ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਜੋ ਪ੍ਰਸ਼ਨ ਕਰਨ ਜਾ ਰਹੇ ਹਾਂ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ, ਨਕਸ਼ੇ ਉੱਪਰ ਪਾਣੀ, ਮੈਦਾਨ ਅਤੇ ਪਰਬਤਾਂ ਨੂੰ ਕ੍ਰਮਵਾਰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਨਕਸ਼ੇ ਉੱਪਰ ਜਿਹੜਾ ਪਾਣੀ ਹੈ ਉਹਨੂੰ ਨੀਲੇ ਰੰਗ ਨਾਲ, ਮੈਦਾਨ ਨੂੰ ਹਰੇ ਰੰਗ ਨਾਲ ਅਤੇ ਪਰਬਤਾਂ ਨੂੰ ਭੂਰੇ ਰੰਗ ਨਾਲ ਦਰਸਾਇਆ ਜਾਂਦਾ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜੇ ਦਸੰਤਰ ਨੂੰ ਇੰਟਰਨੈਸ਼ਨਲ ਡੇਟ ਲਾਈਨ ਵੀ ਕਿਹਾ ਜਾਂਦਾ ਹੈ? ਆਪਸ਼ਨ ਹਨ 0° ਦਸੰਤਰ, 90° ਪੂਰਬ, 180° ਪੂਰਬ ਜਾਂ ਪੱਛਮ, ਜਾਂ 360° ਪੱਛਮ। ਜਿਹੜਾ 180° ਪੂਰਬ ਜਾਂ ਪੱਛਮ ਹੈ ਇਸ ਨੂੰ ਇੰਟਰਨੈਸ਼ਨਲ ਡੇਟ ਲਾਈਨ ਕਿਹਾ ਜਾਂਦਾ ਹੈ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਉਸ਼ਣ ਤਾਪਖੰਡ ਦਾ ਖੇਤਰ ਦੱਸੋ। ਆਪਸ਼ਨ ਹਨ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਾਲੇ, ਕਰਕ ਰੇਖਾ ਤੋਂ ਆਰਕਟਿਕ ਚੱਕਰ ਤੱਕ, ਅੰਟਾਰਕਟਿਕ ਚੱਕਰ ਤੋਂ ਦੱਖਣੀ ਧਰੁਵ ਵਿਚਾਲੇ, ਜਾਂ ਮਕਰ ਰੇਖਾ ਤੋਂ ਅੰਟਾਰਕਟਿਕ ਚੱਕਰ ਤੱਕ। ਜਿਹੜਾ ਉਸ਼ਣ ਤਾਪਖੰਡ ਹੈ ਇਹ ਕਰਕ ਰੇਖਾ ਤੋਂ ਮਕਰ ਰੇਖਾ ਦੇ ਵਿਚਾਲੇ ਵਾਲਾ ਖੇਤਰ ਹੈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਧਰਤੀ ਦੇ ਹੂ ਬਹੂ ਪ੍ਰਤੀਕ ਜਾਂ ਮਾਡਲ ਨੂੰ ਡੈਸ਼ ਆਖਦੇ ਹਨ? ਆਪਸ਼ਨ ਹਨ ਗਲੋਬ, ਨਕਸ਼ਾ, ਚਿੱਤਰ ਜਾਂ ਫੋਟੋ। ਇਹਦਾ ਸਹੀ ਜਵਾਬ ਹੈ ਜੀ ਗਲੋਬ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਹਾਂਜੀ, ਸਕਰੀਨ 'ਤੇ ਅਗਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਕਿਹੜੀ ਕਿਸਮ ਦੇ ਨਕਸ਼ੇ ਸਾਨੂੰ ਕਿਸੇ ਮਹਾਂਦੀਪ ਜਾਂ ਕਿਸੇ ਦੇਸ਼ ਦੇ ਭੌਤਿਕ ਲੱਛਣ, ਪਹਾੜ, ਪਠਾਰ ਜਾਂ ਮੈਦਾਨ ਬਾਰੇ ਜਾਣਕਾਰੀ ਦਿੰਦੇ ਹਨ? ਆਪਸ਼ਨ ਹਨ ਭੌਤਿਕ ਨਕਸ਼ੇ, ਇਤਿਹਾਸਿਕ ਨਕਸ਼ੇ, ਵੰਡ ਸੰਬੰਧੀ ਨਕਸ਼ੇ ਜਾਂ ਰਾਜਨੀਤਿਕ ਨਕਸ਼ੇ। ਇਸ ਤਰ੍ਹਾਂ ਦੇ ਨਕਸ਼ੇ ਹੁੰਦੇ ਨੇ ਜੀ ਭੌਤਿਕ ਨਕਸ਼ੇ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਮਧਿਆਨ ਰੇਖਾ, ਜਿਹਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਮਧਿਆਨ ਰੇਖਾ ਦੇ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਆਪਸ਼ਨ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ। ਇਹਨਾਂ ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਜਿਹੜਾ ਇਹ ਆਪਸ਼ਨ ਹੈ ਕਿ ਇਹ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ, ਉੱਤਰੀ ਅਰਧ ਗੋਲਾ ਅਤੇ ਦੱਖਣੀ ਅਰਧ ਗੋਲਾ, ਇਹ ਬਿਲਕੁਲ ਗਲਤ ਹੈ ਜੀ। ਬੀ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਹੈ ਤਾਰਿਆਂ ਦਾ ਰੰਗ ਸੰਕੇਤ ਕਰਦਾ ਹੈ ਉਸਦੀ ਜਾਂ ਉਸਦੇ? ਤਾਰਿਆਂ ਦਾ ਰੰਗ ਕੀ ਸੰਕੇਤ ਕਰਦਾ ਹੈ? ਸੂਰਜ ਤੋਂ ਦੂਰੀ ਨੂੰ, ਪ੍ਰਕਾਸ਼ਮਾਨਤਾ ਨੂੰ, ਧਰਤੀ ਤੋਂ ਦੂਰੀ ਨੂੰ ਜਾਂ ਤਾਪਮਾਨ ਨੂੰ? ਜਿਹੜਾ ਤਾਰਿਆਂ ਦਾ ਰੰਗ ਹੈ, ਤਾਰਿਆਂ ਦੇ ਰੰਗ ਤੋਂ ਅਸੀਂ ਉਹਦੀ ਵੇਵਲੈਂਥ ਵੇਖ ਕੇ, ਉਹਦੇ ਪ੍ਰਕਾਸ਼ ਦੀ ਵੇਵਲੈਂਥ ਦੇਖ ਕੇ ਅਸੀਂ ਉਹਦਾ ਤਾਪਮਾਨ ਫਾਇੰਡ ਕਰ ਸਕਦੇ ਹਾਂ, ਲੱਭ ਸਕਦੇ ਹਾਂ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਕਿੰਨਾ ਨਕਸ਼ਿਆਂ ਦੁਆਰਾ ਵੱਖ ਵੱਖ ਫਸਲਾਂ, ਖਣਿਜਾਂ, ਜਨਸੰਖਿਆ ਜਾਂ ਕਈ ਹੋਰ ਚੀਜ਼ਾਂ ਦੀ ਕਿਸੇ ਜਗ੍ਹਾ, ਦੇਸ਼ ਅਤੇ ਮਹਾਂਦੀਪ ਦੀ ਵੰਡ ਦਿਖਾਈ ਜਾਂਦੀ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਦੇਖ ਸਕਦੇ ਹੋ। ਇਹ ਹੁੰਦੇ ਨੇ ਜੀ ਵੰਡ ਸੰਬੰਧੀ ਨਕਸ਼ੇ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ ਦੱਖਣੀ ਅਰਧ ਗੋਲੇ ਵਿੱਚ ਸ਼ੀਤ ਖੰਡ ਦਾ ਖੇਤਰ ਦੱਸੋ। ਆਪਸ਼ਨ ਹਨ ਆਰਕਟਿਕ ਚੱਕਰ ਤੋਂ ਉੱਤਰੀ ਧਰੁਵ ਵਿਚਾਲੇ, ਅੰਟਾਰਕਟਿਕ ਚੱਕਰ ਤੋਂ ਦੱਖਣੀ ਧਰੁਵ ਵਿਚਾਲੇ, ਕਰਕ ਰੇਖਾ ਤੋਂ ਮਕਰ ਰੇਖਾ ਵਿਚਾਲੇ, ਜਾਂ ਮਕਰ ਰੇਖਾ ਤੋਂ ਅੰਟਾਰਕਟਿਕ ਚੱਕਰ ਤੱਕ। ਦੱਖਣੀ ਅਰਧ ਗੋਲੇ ਦਾ ਸ਼ੀਤ ਖੰਡ ਜਿਹੜਾ ਹੈ ਅੰਟਾਰਕਟਿਕ ਚੱਕਰ ਅਤੇ ਦੱਖਣੀ ਧਰੁਵ ਵਿਚਾਲੇ ਹੈਗਾ, ਠੀਕ ਹੈ ਜੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਬੀ ਆਪਸ਼ਨ, ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਜਿਉਂ ਜਿਉਂ ਅਸੀਂ ਭੂ ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹਾਂ ਤਾਂ ਤਾਪਮਾਨ ਕੀ ਕਰੇਗਾ? ਜਦੋਂ ਜਦੋਂ ਅਸੀਂ ਭੂ ਮੱਧ ਰੇਖਾ ਤੋਂ ਧਰੁਵਾਂ ਵੱਲ ਜਾਵਾਂਗੇ ਤਾਂ ਤਾਪਮਾਨ ਜਿਹੜਾ ਹੈ ਘਟੇਗਾ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਹਰ ਨਕਸ਼ੇ ਦੇ ਉੱਪਰ ਵੱਲ ਕਿਹੜੀ ਦਿਸ਼ਾ ਦਿਖਾਈ ਜਾਂਦੀ ਹੈ? ਜਿਹੜਾ ਮੈਪ ਹੈ ਇਹਦੇ ਉੱਪਰ ਵੱਲ ਜਿਹੜੀ ਦਿਸ਼ਾ ਦਿਖਾਉਂਦੇ ਹਾਂ ਉਹ ਹੁੰਦੀ ਹੈ ਜੀ ਨੌਰਥ, ਉੱਤਰ ਦਿਸ਼ਾ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਵੱਧਦੇ ਹਾਂ ਜੀ, ਨਕਸ਼ਿਆਂ ਦੇ ਤਿੰਨ ਥੰਮ ਜਾਂ ਜ਼ਰੂਰੀ ਤੱਤ ਕਿਹੜੇ ਹਨ? ਆਪਸ਼ਨ ਹਨ ਦੂਰੀ, ਦਿਸ਼ਾ ਜਾਂ ਪ੍ਰਮਾਣਿਕ ਚਿੰਨ, ਦੂਰੀ, ਵਾਤਾਵਰਣ ਅਤੇ ਰੰਗ। ਇਹਨਾਂ ਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਹੈ ਦੂਰੀ, ਦਿਸ਼ਾ ਅਤੇ ਪ੍ਰਮਾਣਿਕ ਚਿੰਨ। ਨਕਸ਼ਿਆਂ ਦੇ ਤਿੰਨ ਜ਼ਰੂਰੀ ਥੰਮ ਹਨ।
ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਕਿਹੜੇ ਨਕਸ਼ਿਆਂ ਦਾ ਕਿਤਾਬ ਦੇ ਰੂਪ ਵਿੱਚ ਵਿਸਥਾਰ ਦਿੱਤਾ ਜਾਂਦਾ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ ਐਟਲੈਸ ਨਕਸ਼ੇ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਨਕਸ਼ੇ ਸਾਨੂੰ ਕਿਸੇ ਸਥਾਨ, ਦੇਸ਼ ਅਤੇ ਮਹਾਂਦੀਪ ਬਾਰੇ ਜਾਣਕਾਰੀ ਦਿੰਦੇ ਹਨ? ਇਹ ਬਿਲਕੁਲ ਸਹੀ ਹੈ ਜੀ। ਅਗਲਾ ਹੈ, ਧਰਤੀ ਦੀ ਸਤ੍ਹਾ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ 71% ਹਿੱਸਾ। ਅਗਲਾ ਪ੍ਰਸ਼ਨ ਹੈ, ਹਵਾ ਦਾ ਪਰਿਮੰਡਲ ਜਿਸਨੇ ਧਰਤੀ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ ਉਸਨੂੰ ਕੀ ਆਖਦੇ ਹਨ? ਉਹਦਾ ਸਹੀ ਜਵਾਬ ਹੈ ਜੀ ਇਸ ਸਵਾਲ ਦਾ, ਉਹਨੂੰ ਕਹਿੰਦੇ ਅਸੀਂ ਵਾਯੂਮੰਡਲ। ਅਗਲਾ ਪ੍ਰਸ਼ਨ ਹੈ, ਇਹ ਸੌਖੇ ਕੁਸ਼ਚਨ, ਇਸ ਕਰਕੇ ਅਸੀਂ ਇਹਨੂੰ ਜਲਦੀ ਜਲਦੀ ਕਰ ਰਹੇ ਹਾਂ ਤਾਂ ਕਿ ਅਸੀਂ ਵੱਧ ਤੋਂ ਵੱਧ ਕੁਸ਼ਚਨ ਕਵਰ ਕਰ ਸਕੀਏ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜਿਸ ਦੀ ਲੰਬਾਈ 8848 ਕਿਲੋਮੀਟਰ ਹੈ? ਇਹ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਹੈ ਮਾਊਂਟ ਐਵਰੈਸਟ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਭੂ ਰੂਪ ਦਾ ਭਾਗ ਨਹੀਂ ਹੈ? ਆਪਸ਼ਨ ਹਨ ਪਠਾਰ, ਸਮੁੰਦਰ, ਪਹਾੜ ਜਾਂ ਮੈਦਾਨ। ਜਿਹੜਾ ਭੂ ਰੂਪ ਦਾ ਭਾਗ ਹੈ ਇਹ ਸਮੁੰਦਰ ਨਹੀਂ ਹੈ ਜੀ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਦੁਨੀਆ ਦੀ ਸਭ ਤੋਂ ਨੀਵੀਂ ਖਾਈ ਦਾ ਨਾਂ ਦੱਸੋ ਜੋ 10,911 ਮੀਟਰ ਡੂੰਘੀ ਹੈ। ਆਪਸ਼ਨ ਹਨ ਮੈਰੀਨਾ ਖਾਈ, ਟੋਂਗਾ ਖਾਈ, ਜਾਵਾ ਖਾਈ ਜਾਂ ਅਲੂਸ਼ੀਅਨ ਖਾਈ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਮੈਰੀਨਾ ਖਾਈ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਆਪਣੇ ਆਲੇ ਦੁਆਲੇ ਦੇ ਖੇਤਰ ਤੋਂ ਇੱਕਦਮ ਉੱਚੇ ਅਤੇ ਪੱਧਰੇ ਸ਼ਿਖਰਾਂ ਵਾਲੇ ਭੂ ਰੂਪ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਆਪਸ਼ਨ ਹਨ ਪਠਾਰ, ਮੈਦਾਨ, ਪਹਾੜ ਜਾਂ ਝੀਲ। ਇਹਨੂੰ ਕਹਿੰਦੇ ਨੇ ਜੀ ਪਠਾਰ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਸਾਡਾ ਦੇਸ਼ ਭਾਰਤ ਸੰਸਾਰ ਦੇ ਕਿਸ ਮਹਾਂਦੀਪ ਵਿੱਚ ਸਥਿਤ ਹੈ? ਆਪਸ਼ਨ ਹਨ ਯੂਰਪ, ਆਸਟ੍ਰੇਲੀਆ, ਏਸ਼ੀਆ ਜਾਂ ਅਫਰੀਕਾ। ਭਾਰਤ ਜਿਹੜਾ ਹੈ ਇਹ ਏਸ਼ੀਆ ਮਹਾਂਦੀਪ ਦੇ ਵਿੱਚ ਸਥਿਤ ਹੈ ਜੀ। ਅਗਲਾ ਪ੍ਰਸ਼ਨ ਹੈ, ਉੱਤਰੀ ਅਮਰੀਕਾ ਵਿੱਚ ਸਥਿਤ ਪਰਬਤ ਸ਼੍ਰੇਣੀ ਦਾ ਨਾਂ ਕੀ ਹੈ? ਆਪਸ਼ਨ ਹਨ ਰੌਕੀ ਪਰਬਤ, ਐਂਡੀਜ਼ ਪਰਬਤ, ਹਿਮਾਲਿਆ ਪਰਬਤ ਜਾਂ ਐਲਪਸ ਪਰਬਤ। ਉੱਤਰੀ ਅਮਰੀਕਾ ਦੇ ਵਿੱਚ ਹੈ ਜੀ ਰੌਕੀ ਪਰਬਤ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਦੱਖਣੀ ਅਮਰੀਕਾ ਵਿੱਚ ਸਥਿਤ ਪਰਬਤ ਸ਼੍ਰੇਣੀ ਦਾ ਕੀ ਨਾਂ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਦੱਖਣੀ ਅਮਰੀਕਾ ਦੇ ਵਿੱਚ ਜਿਹੜੀ ਪਰਬਤ ਸ਼੍ਰੇਣੀ ਹੈ ਉਹਨੂੰ ਕਹਿੰਦੇ ਨੇ ਐਂਡੀਜ਼ ਪਰਬਤ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਯੂਰਪ ਦੇ ਵਿੱਚ ਸਥਿਤ ਪਰਬਤ ਸ਼੍ਰੇਣੀ ਦਾ ਕੀ ਨਾਂ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਯੂਰਪ ਦੇ ਵਿੱਚ ਐਲਪਸ ਪਰਬਤ ਸ਼੍ਰੇਣੀ ਪਾਈ ਜਾਂਦੀ ਹੈ ਜੀ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਅਫਰੀਕਾ ਵਿੱਚ ਸਥਿਤ ਪਰਬਤ ਸ਼੍ਰੇਣੀ ਦਾ ਨਾਂ ਕੀ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਅਫਰੀਕਾ ਦੇ ਵਿੱਚ ਐਟਲੈਸ ਪਰਬਤ ਸ਼੍ਰੇਣੀ ਪਾਈ ਜਾਂਦੀ ਹੈ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਆਸਟ੍ਰੇਲੀਆ ਵਿੱਚ ਸਥਿਤ ਪਰਬਤ ਸ਼੍ਰੇਣੀ ਦਾ ਨਾਂ ਕੀ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਆਸਟ੍ਰੇਲੀਆ ਦੇ ਵਿੱਚ ਗ੍ਰੇਟ ਡਿਵਾਈਡਿੰਗ ਰੇਂਜ ਨਾਂ ਦੀ ਪਰਬਤ ਸ਼੍ਰੇਣੀ ਪਾਈ ਜਾਂਦੀ ਹੈ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਕਿਸ ਅਰਧ ਗੋਲੇ ਵਿੱਚ ਜਲ ਭਾਗ ਧਰਤ ਭਾਗ ਨਾਲੋਂ ਜ਼ਿਆਦਾ ਹੈ? ਆਪਸ਼ਨ ਹਨ ਦੱਖਣੀ ਅਰਧ ਗੋਲਾ, ਉੱਤਰੀ ਅਰਧ ਗੋਲਾ, ਕਿਤੇ ਨਹੀਂ ਜਾਂ ਦੋਨਾਂ ਪਾਸੇ ਬਰਾਬਰ ਹੈ। ਇਹਦਾ ਸਹੀ ਜਵਾਬ ਹੈ ਜੀ ਉੱਤਰੀ ਅਰਧ ਗੋਲਾ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਧਰਤੀ ਦੇ ਉਹ ਵੱਡੇ ਵੱਡੇ ਟੁਕੜੇ ਜਿਹੜੇ ਮਹਾਂਸਾਗਰਾਂ ਅਤੇ ਸਾਗਰਾਂ ਰਾਹੀਂ ਅਲੱਗ ਹੁੰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਆਪਸ਼ਨ ਹਨ ਮਹਾਂਦੀਪ, ਟਾਪੂ, ਪਰਬਤ ਜਾਂ ਪਠਾਰ। ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਮਹਾਂਦੀਪ। ਇਹ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਛੋਟੇ ਧਰਤ ਭਾਗਾਂ ਨੂੰ ਜੋ ਚਾਰੇ ਪਾਸਿਓਂ ਪਾਣੀ ਨਾਲ ਘਿਰੇ ਹੋਣ ਡੈਸ਼ ਕਿਹਾ ਜਾਂਦਾ ਹੈ? ਆਪਸ਼ਨ ਹਨ ਮਹਾਂਦੀਪ, ਦੀਪ ਜਾਂ ਟਾਪੂ, ਮੈਦਾਨ ਜਾਂ ਮਹਾਂਦੀਪ। ਇਹਨੂੰ ਕਿਹਾ ਜਾਂਦਾ ਜੀ ਜਿਹੜੇ ਚਾਰੇ ਪਾਸਿਓਂ ਪਾਣੀ ਨਾਲ ਘਿਰੇ ਹੁੰਦੇ ਉਹਨਾਂ ਨੂੰ ਕਿਹਾ ਜਾਂਦਾ ਦੀਪ ਜਾਂ ਟਾਪੂ। ਅਗਲਾ ਪ੍ਰਸ਼ਨ ਹੈ,
ਸੰਸਾਰ ਦਾ ਸਭ ਤੋਂ ਛੋਟਾ ਮਹਾਂਦੀਪ ਕਿਹੜਾ ਹੈ? ਆਪਸ਼ਨ ਹਨ ਆਸਟ੍ਰੇਲੀਆ, ਏਸ਼ੀਆ, ਅਫਰੀਕਾ ਜਾਂ ਅਮਰੀਕਾ। ਇਹਦਾ ਸਹੀ ਜਵਾਬ ਹੈ ਜੀ ਆਸਟ੍ਰੇਲੀਆ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਐਪਲੇਸ਼ੀਅਨ ਪਠਾਰ ਦੁਨੀਆ ਦੇ ਕਿਸ ਮਹਾਂਦੀਪ ਵਿੱਚ ਸਥਿਤ ਹੈ? ਆਪਸ਼ਨ ਹਨ ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਆਸਟ੍ਰੇਲੀਆ ਜਾਂ ਏਸ਼ੀਆ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਉੱਤਰੀ ਅਮਰੀਕਾ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਏਸ਼ੀਆ ਅਤੇ ਯੂਰਪ ਨੂੰ ਕਿਹੜੀ ਪਰਬਤਮਾਲਾ ਅਲੱਗ ਕਰਦੀ ਹੈ? ਆਪਸ਼ਨ ਹਨ ਐਟਲਸ, ਜੁਰਾਲ ਪਰਬਤ, ਰੌਕੀ ਪਰਬਤ ਜਾਂ ਐਂਡੀਜ਼ ਪਰਬਤ। ਏਸ਼ੀਆ ਅਤੇ ਯੂਰਪ ਨੂੰ ਜੁਰਾਲ ਪਰਬਤ ਅਲੱਗ ਕਰਦੇ ਹਨ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਵੱਧਦੇ ਹਾਂ ਜੀ, ਸੰਸਾਰ ਦਾ ਦੂਜਾ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ? ਆਪਸ਼ਨ ਹਨ ਅਫਰੀਕਾ, ਉੱਤਰੀ ਅਮਰੀਕਾ, ਆਸਟ੍ਰੇਲੀਆ ਜਾਂ ਏਸ਼ੀਆ। ਸੰਸਾਰ ਦਾ ਦੂਜਾ ਸਭ ਤੋਂ ਵੱਡਾ ਮਹਾਂਦੀਪ ਹੈ ਜੀ ਅਫਰੀਕਾ। ਅੱਗੇ ਹੈ ਜੀ, ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ? ਆਪਸ਼ਨ ਹਨ ਅਫਰੀਕਾ, ਉੱਤਰੀ ਅਮਰੀਕਾ, ਆਸਟ੍ਰੇਲੀਆ ਜਾਂ ਏਸ਼ੀਆ। ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ ਜੀ ਏਸ਼ੀਆ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਸੰਸਾਰ ਦਾ ਇੱਕੋ ਇੱਕ ਅਜਿਹਾ ਮਹਾਂਦੀਪ ਜਿਸ ਦੇ ਵਿੱਚੋਂ ਤਿੰਨੇ ਰੇਖਾਵਾਂ ਕਰਕ ਰੇਖਾ, ਭੂਮੱਧ ਰੇਖਾ ਅਤੇ ਮਕਰ ਰੇਖਾ ਲੰਘਦੀਆਂ ਹਨ, ਉਹ ਕਿਹੜਾ ਹੈ? ਇਸ ਸੰਸਾਰ ਦਾ ਇੱਕੋ ਇੱਕ ਮਹਾਂਦੀਪ ਹੈ ਜੀ, ਇਹਦਾ ਨਾਂ ਹੈ ਜੀ ਅਫਰੀਕਾ ਮਹਾਂਦੀਪ, ਜਿਹਦੇ ਵਿੱਚੋਂ ਕਰਕ ਰੇਖਾ, ਮਕਰ ਰੇਖਾ ਅਤੇ ਭੂਮੱਧ ਰੇਖਾ ਤਿੰਨੇ ਲੰਘਦੀਆਂ ਨੇ। ਅਗਲਾ ਪ੍ਰਸ਼ਨ ਹੈ, ਕਿਸ ਮਹਾਂਦੀਪ ਨੂੰ ਚਿੱਟਾ ਮਹਾਂਦੀਪ ਵੀ ਕਿਹਾ ਜਾਂਦਾ ਹੈ? ਆਪਸ਼ਨ ਹਨ ਅਫਰੀਕਾ, ਅੰਟਾਰਕਟਿਕਾ, ਆਸਟ੍ਰੇਲੀਆ ਜਾਂ ਏਸ਼ੀਆ। ਇਹਦਾ ਸਹੀ ਜਵਾਬ ਹੈ ਜੀ ਅੰਟਾਰਕਟਿਕ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਸੰਸਾਰ ਦਾ ਸਭ ਤੋਂ ਵੱਡਾ ਦੀਪ ਕਿਹੜਾ ਹੈ? ਆਪਸ਼ਨ ਹਨ ਅਫਰੀਕਾ, ਗ੍ਰੀਨਲੈਂਡ, ਆਸਟ੍ਰੇਲੀਆ ਜਾਂ ਏਸ਼ੀਆ। ਇਹਦਾ ਸਹੀ ਜਵਾਬ ਹੈ ਜੀ ਏਸ਼ੀਆ, ਆਸਟ੍ਰੇਲੀਆ। ਅਗਲਾ ਪ੍ਰਸ਼ਨ ਹੈ, ਸੰਸਾਰ ਦਾ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ ਕਿਸ ਮਹਾਂਦੀਪ ਵਿੱਚ ਸਥਿਤ ਹੈ? ਆਪਸ਼ਨ ਹਨ ਅਫਰੀਕਾ, ਯੂਰਪ, ਏਸ਼ੀਆ ਜਾਂ ਆਸਟ੍ਰੇਲੀਆ। ਵੈਟੀਕਨ ਸਿਟੀ ਜਿਹੜਾ ਹੈ ਇਹ ਯੂਰਪ ਦੇ ਵਿੱਚ ਸਥਿਤ ਹੈ। ਬੀ ਆਪਸ਼ਨ ਬਿਲਕੁਲ ਸਹੀ ਹੈ। ਏਸ਼ੀਆ ਅਤੇ ਆਸਟ੍ਰੇਲੀਆ ਨੂੰ ਉੱਤਰੀ ਅਤੇ ਦੱਖਣੀ ਅਮਰੀਕਾ ਨਾਲੋਂ ਵੱਖ ਕਰਨ ਵਾਲੇ ਮਹਾਂਸਾਗਰ ਦਾ ਕੀ ਨਾਂ ਹੈ? ਆਪਸ਼ਨ ਹਨ ਅੰਧ ਮਹਾਂਸਾਗਰ, ਹਿੰਦ ਮਹਾਂਸਾਗਰ, ਸ਼ਾਂਤ ਮਹਾਂਸਾਗਰ ਜਾਂ ਆਰਕਟਿਕ ਮਹਾਂਸਾਗਰ। ਇਹਦਾ ਸਹੀ ਜਵਾਬ ਹੈ ਜੀ ਸ਼ਾਂਤ ਮਹਾਂਸਾਗਰ। ਅਗਲਾ ਪ੍ਰਸ਼ਨ ਹੈ ਜੀ, ਸੰਸਾਰ ਦੀ ਸਭ ਤੋਂ ਵੱਧ ਆਵਾਜਾਈ ਕਿਸ ਮਹਾਂਸਾਗਰ ਰਾਹੀਂ ਹੁੰਦੀ ਹੈ? ਆਪਸ਼ਨ ਹਨ ਅੰਧ ਮਹਾਂਸਾਗਰ, ਸ਼ਾਂਤ ਮਹਾਂਸਾਗਰ, ਆਰਕਟਿਕ ਮਹਾਂਸਾਗਰ ਜਾਂ ਹਿੰਦ ਮਹਾਂਸਾਗਰ। ਇਹਦਾ ਸਹੀ ਜਵਾਬ ਹੈ ਜੀ ਅੰਧ ਮਹਾਂਸਾਗਰ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਅੰਟਾਰਕਟਿਕਾ ਵਿੱਚ ਸਥਿਤ ਭਾਰਤ ਦੇ ਆਧੁਨਿਕ ਖੋਜ ਕੇਂਦਰ ਦਾ ਕੀ ਨਾਂ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਨਾਂ ਹੈ ਜੀ ਮੈਤਰੀ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਵਾਯੂਮੰਡਲ ਵਿੱਚ ਸਭ ਤੋਂ ਜ਼ਿਆਦਾ ਮਾਤਰਾ 78% ਪਾਈ ਜਾਣ ਵਾਲੀ ਗੈਸ ਕਿਹੜੀ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ ਨਾਈਟ੍ਰੋਜਨ, 78% ਪਾਈ ਜਾਂਦੀ ਹੈ ਜੀ। ਅੱਗੇ ਹੈ ਜੀ, ਧਰਤੀ ਉੱਤੇ ਵਸਦੇ ਜੀਵਨ ਨੂੰ ਅਸੀਂ ਜੀਵ ਮੰਡਲ ਦਾ ਨਾਂ ਦਿੰਦੇ ਹਾਂ, ਇਹ ਸਹੀ ਹੈ ਜਾਂ ਗਲਤ ਹੈ? ਇਹਦਾ ਜਵਾਬ ਹੈ ਜੀ ਇਹ ਸਹੀ ਹੈ। ਅੱਗੇ ਹੈ ਜੀ, ਧਰਤੀ ਦੁਆਲੇ ਲਿਪਟੇ ਹਵਾ ਦੇ ਗਲਾਫ ਨੂੰ ਕੀ ਕਿਹਾ ਜਾਂਦਾ ਹੈ? ਧਰਤੀ ਦੇ ਦੁਆਲੇ ਜਿਹੜਾ ਹਵਾ ਦਾ ਗਲਾਫ ਲਿਪਟਿਆ ਹੋਇਆ ਹੈ ਇਸ ਨੂੰ ਅਸੀਂ ਵਾਯੂਮੰਡਲ ਕਹਿੰਦੇ ਹਾਂ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਆਰਕਟਿਕ ਮਹਾਂਸਾਗਰ ਨੇ ਕਿਸ ਧਰੁਵ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ? ਆਪਸ਼ਨ ਹਨ ਉੱਤਰੀ ਧਰੁਵ, ਦੱਖਣੀ ਧਰੁਵ, ਭੂਮੱਧ ਧਰੁਵ ਜਾਂ ਕੋਈ ਨਹੀਂ। ਇਹਦਾ ਸਹੀ ਜਵਾਬ ਹੈ ਜੀ ਉੱਤਰੀ ਧਰੁਵ। ਅਗਲਾ ਸਵਾਲ ਹੈ ਜੀ, ਦੱਖਣੀ ਮਹਾਂਸਾਗਰ ਨੇ ਡੈਸ਼ ਮਹਾਂਦੀਪ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ। ਅਗਲਾ ਕੁਸ਼ਚਨ ਹੈ ਜੀ, ਦੱਖਣੀ ਮਹਾਂਸਾਗਰ ਨੇ ਕਿਸ ਮਹਾਂਦੀਪ ਨੂੰ ਚੁਫੇਰਿਓਂ ਘੇਰਿਆ ਹੋਇਆ ਹੈ?
ਸਕਰੀਨ 'ਤੇ ਦਿੱਤੇ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ ਅੰਟਾਰਕਟਿਕ, ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਇਸ ਤਰ੍ਹਾਂ ਦੇ ਹੋਰ ਕੁਐਸਚਨ ਲੈ ਕੇ ਜਲਦੀ ਹੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਆਲ ਦੀ ਬੈਸਟ, ਪੜ੍ਹਦੇ ਰਹੋ। ਥੈਂਕ ਯੂ।